ਗਿਫਟ ਦੇ ਵਿੱਚੋਂ ਗਿਫਟ ਗਿਫਟ ਦੇ ਵਿੱਚੋਂ ਗਿਫਟ ਗਿਆ ਇੱਦਾਂ ਹੀ ਆ ਇੱਦਾਂ ਹੀ ਲੱਗਦੀ ਵੈਸੇ ਸੀ ਉਹੀ ਸੀ ਲੱਗਦਾ ਮੈਨੂੰ ਹਾਂ ਹਾਂ ਮਾਤਾ ਨੂੰ ਹੁਣ ਦੇਖੇ ਹੀ ਅੱਗਾ ਕਾਰਨ ਫੜਾ ਕੇ ਆ ਚੱਕਰ ਆ ਮਾਤਾ ਦਿਲ ਖੁਸ਼ ਕਰ ਦਈ ਏ ਆ ਲੈ ਲੈ ਲਈ ਸਪੈਸ਼ਲ ਗਿਫਟ ਆ ਹਲੇ ਵੀ ਗੋਲੀ ਆ ਚਾਬੀ ਮੋਟਰਸਾਈਕਲ ਤੇਰੇ ਕੋਲ ਹੀ ਆ ਚਾਬੀਆਂ ਲੈ ਆਏ ਤੁਹਾਡੀ ਵਾਰ ਨਾਲੇ ਲੈ ਕੇ ਆਏ ਆ ਖੋਲੋ ਖੋਲੋ ਤੁਹਾਨੂੰ ਪਤਾ ਲੱਗਣਾ ਕਿੰਨਾ ਕੁਛ ਡੱਬੇ ਚੁੱਪ ਕੀਤਾ ਹੈ ਡੱਬੀ ਮੈਂ ਡੱਬੀ ਡੱਬੀ ਮੈਂ ਡੱਬੀ ਜੇ ਕਿਆ ਕੀਆ ਹੈ ਹੁਣ ਨਾ ਧਿਆਨ ਨਾ ਖੋਲਿਓ ਹੁਣ ਇੱਕ ਖੋਲਿਓ ਡੱਬੀ ਮੈਂ ਡੱਬੀ ਮੈਂ ਹੈਲਪ ਕਰਦਾ ਡੱਬੀ ਮੈਂ ਡੱਬੀ ਇੱਕ ਕਾਲੀ ਖੋਲਿਓ ਹੈ ਕੀ ਵਿੱਚ ਕੀ ਹੈ ਰੱਬਾ ਜਾਣੇ ਜਾਏਗਾ ਇੱਕ ਇੱਕ ਖੋਲੋ ਮੈਂ ਕਾਲੀ ਇੱਕ ਇੱਕ ਖੋਲੋ ਬੜੀ ਮਿਹਨਤ ਨਾਲ ਕੀਤਾ ਹੈ ਕੋਈ ਏਦਾਂ ਨਹੀਂ ਕਾਲੀ ਨਹੀਂ ਕਰਨੀ ਹੈਗੀ ਦੇ ਆਪੇ ਕੀਤੀ ਮੂੰਹ ਤਾਂ ਪਾਉਂਦੀ ਹੈ ਜਾਂਦੇ ਵਿੱਚੋਂ ਹੈਗਾ ਕੁਛ ਨਹੀਂ ਬਸ ਉਹੀ ਤਾਂ ਗੱਲ ਨਹੀਂ ਪਤਾ
ਆਰਾਮ ਨਾਲ ਆਰਾਮ ਨਾਲ ਆਸਤੇ ਨਾਲ ਲਵਾ ਲਿਓ ਆਹਿਸਤਾ ਆਹਿਸਤਾ ਖੋਲੋ ਕਿੰਨਾ ਕੁਛ ਲਪੇਟਿਆ ਆ ਲੈ ਤਾਂ ਇੱਕ ਹੋਰ ਕਾਗਜ਼ ਨਿਕਲਿਆ ਆ ਤੇਰੇ ਇੱਕ ਤੇਰੇ ਪਹਿਲਾਂ ਪੜ੍ਹ ਕੇ ਸੁਣਾਵਾਂ ਯਾਰ ਮੰਮਾ ਲਈ ਕੁਛ ਲਿਖਿਆ ਆ ਠੀਕ ਆ ਮੈਨੇ ਕਿਹਾ ਫਿਰ ਅਗਲਾ ਖੋਲਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੰਮਾ ਤੁਹਾਡਾ ਥੈਂਕਸ ਏ ਅਲੋਟ ਯੂ ਮੈਨੂੰ ਯੂ ਦਾ ਮੈਨੂੰ ਜਨਮ ਦੇਣ ਦੇ ਲਈ ਠੀਕ ਆ ਇਹ ਦੁਨੀਆ ਦਿਖਾਉਣ ਦੇ ਲਈ ਮੈਨੂੰ ਉਂਗਲ ਫੜ ਕੇ ਤੁਰਨਾ ਸਿਖਾਉਣ ਦੇ ਲਈ ਠੀਕ ਹੈ ਕਹਿੰਦਾ ਧੰਨਵਾਦ ਠੀਕ ਹੈ ਅਤੇ ਠੀਕ ਆ ਹਾਂਜੀ ਤਗੜੀ ਪੈਕਿੰਗ ਕਰਾਇਆ ਨੇ ਵੀ ਘੰਟਾ ਲਵਾਇਆ ਹੋਣਾ ਤੇ ਕਿੱਥੋਂ ਕਰਾਈ ਹਰੀ ਦਿਓ ਕਿੱਥੋਂ ਮਾਲਪੁਰੋਂ ਆਪੇ ਕੀਤੀ ਇਹ ਆਪ ਕੀਤੀ ਹੋਇਆ ਇੰਨੀ ਤਗੜੀ ਪੈ ਗਈ ਇਹ ਕਾਗਜ਼ ਇਕੱਠੇ ਕੀਤੇ ਵੀ ਇੰਨੇ ਵਿੱਚ ਮੈਂ ਸਾਂਭ ਕੇ ਰੱਖਣਾ ਵੀ ਥੱਕੇ ਮੈਂ ਥੱਕੀ ਕੋਈ ਨਹੀਂ ਮੈਂ ਥੱਕੀ ਕੋਈ ਨਹੀਂ ਮੈਂ ਤਾਂ ਇਹ ਸਮਝਦੀ ਹੈ ਇੰਨਾ ਕੁਛ ਲਿਖਿਆ ਲਵ ਯੂ ਮੋਮ ਥੈਂਕ ਯੂ ਮੋਮ ਦੀਦੀਆਂ ਦਾ ਵੀ ਨਾਲ ਰਹਿਣ ਦੇ ਲਈ ਥੈਂਕ ਯੂ ਬੜੇ ਭਰਾ ਦਾ ਵੀ ਫੋਨ ਲਾਉਣਾ ਸੀਗਾ ਯਾਰ ਦਾ ਪਿਆਰ ਦਿੰਦਾ ਉਹਨੇ ਯਾਰ ਸੰਨੀ ਨੂੰ ਲਾਉਣਾ ਸੀ ਫੋਨ ਯਾਰ ਥੈਂਕ ਯੂ ਮਾਈ ਗੱਲ ਮਾਣੀ ਤੂੰ ਆਪਣੇ ਹੱਥਾਂ ਨਾਲ ਤੂੰ ਆਪਣੇ ਹੱਥਾਂ ਨਾਲ ਬਸ ਹੁਣ ਸਾਂਭੋ ਹੁਣ ਕਲਾਰਾ ਤੁਸੀਂ ਪਾਇਆ